ਕਟਾਰੂ ਚੱਕ ਦਾ ਤੁਸੀਂ ਸਾਰੇ ਜਾਣਦੇ ਕਿ ਜਿਹੜੀ ਐਸ ਆਈ ਟੀ ਆ ਇਹਦੇ ਬਾਰੇ ਭਗਵੰਤ ਮਾਨ ਦਾ ਜਿਹੜਾ ਉਹਦਾ ਇੱਕ ਉਹਦੀ ਮਾਨਸਿਕਤਾ ਉਹਨੇ ਪਹਿਲਾਂ ਹੀ ਜ਼ਾਹਰ ਕੀਤੀ ਹੋਈ ਸੀਗੀ। ਉਹਨੇ ਬਹੁਤ ਦੇਰ ਪਹਿਲਾਂ ਕਿਹਾ ਸੀਗਾ ਇਹ ਸਿੱਟਾਂ ਤਾਂ ਬੇਸਿੱਟਾਂ ਹੁੰਦੀਆਂ ਨੇ। ਆਈ ਵਿਲ ਸਟਾਰਟ ਮਾਈ ਸਟੇਟਮੈਂਟ ਫਰੋਮ ਹੇਅਰ ਕਿ ਇਹ ਸਿੱਟਾਂ ਤਾਂ ਬੇਸਿੱਟਾਂ ਹੁੰਦੀਆਂ ਨੇ। ਇਹ ਗੱਲ ਭਗਵੰਤ ਮਾਨ ਜਦੋਂ ਓਪੋਜੀਸ਼ਨ ਸੀ ਉਦੋਂ ਕਹਿੰਦਾ ਸੀ, ਹੁਣ ਉਹਨੇ ਕਰਕੇ ਦਿਖਾਇਆ ਵਾ। ਬਾਦਲ ਅਤੇ ਕੈਪਟਨ ਦਾ ਰਿਕਾਰਡ ਤੋੜਦਿਆਂ ਇੱਕ ਐਸ ਆਈ ਟੀ ਬਣਦੀ ਆ, ਜਿਹਦਾ ਮਕਸਦ ਸਿਰਫ ਸੀਗਾ ਕਿ ਕਿਸੇ ਤਰੀਕੇ ਨਾਲ ਉਸ ਦਾਗੀ ਮਿਨਿਸਟਰ ਨੂੰ ਬਚਾਉਣਾ ਵਾ। 45 ਦਿਨ ਬੀਤ ਜਾਣ ਤੋਂ ਬਾਅਦ ਉਸ ਮਿਨਿਸਟਰ ਨੂੰ, ਜਿਹੜੀ ਐਸ ਆਈ ਟੀ ਦੇ ਨਾਲ ਦੇ ਕਮਰੇ 'ਚ ਬਹਿੰਦਾ ਹੋਊਗਾ, ਉਸ ਮਿਨਿਸਟਰ ਨੂੰ ਬੁਲਾ ਕੇ ਪੁੱਛਣ ਤੱਕ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ, ਉਹਦਾ ਬਿਆਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਹਨੂੰ ਜਿਹੜੀਆਂ ਵੀਡੀਓ ਕਲਿੱਪਸ ਜਿਹੜੀਆਂ ਗਵਰਨਰ ਪੰਜਾਬ ਨੇ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾਈਆਂ ਨੇ, ਉਹਨੂੰ ਸਾਹਮਣੇ ਕੌਨਫਰੰਟ ਕਰਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਉਲਟਾ ਜਿਹੜਾ ਐਸ ਆਈ ਟੀ ਦਾ ਮਕਸਦ ਸੀ ਉਹ ਪਹਿਲੇ ਦਿਨ ਤੋਂ ਸੀਗਾ ਕਿ ਕਿਸੇ ਤਰੀਕੇ ਨਾਲ ਉਹ ਜਿਹੜਾ ਇਹਦਾ ਸ਼ਿਕਾਇਤ ਕਰਤਾ ਹੈ ਕੇਸ਼ਵ, ਉਹਨੂੰ ਲੱਭੋ, ਫੜੋ, ਕਬਜ਼ਾ ਕਰੋ, ਡਰਾਓ, ਧਮਕਾਓ, ਬਾਂਹ ਮਰੋੜੋ, ਪੈਸੇ ਦਿਓ, ਲਾਲਚ ਦਿਓ, ਮੈਨੂਪਲੇਟ ਕਰੋ ਅਤੇ ਮਿਨਿਸਟਰ ਨੂੰ ਬਚਾਉਣਾ ਵਾ। ਇਹ ਭਗਵੰਤ ਦੇ ਮਾਨ ਦੇ ਆਪਣੀ ਐਸ ਆਈ ਟੀ ਮੁਤਲਕ ਜਿਹੜਾ ਉਹਨਾਂ ਦਾ ਫਲਸਫਾ ਸੀਗਾ ਉਹ ਸਾਰੇ ਪੰਜਾਬ ਦੇ ਵਿੱਚ ਉਸ ਨੂੰ ਸਾਬਤ ਕਰ ਦਿੱਤਾ ਵਾ। ਅਗਲੀ ਗੱਲ ਹੈ ਕਿ ਜਿਹੜੇ ਉਹਦੇ ਟੈਕਨੀਕਲ ਇਸ਼ੂਜ਼, ਜਿਹੜਾ ਉਹਦੇ ਕ੍ਰਿਮੀਨੈਲਿਟੀ ਆ, ਜੋ ਜੁਰਮ ਹੈ ਉੱਤੇ, ਉਹ ਤੋਂ ਪਹਿਲਾਂ ਮੈਂ ਪੁੱਛਦਾ ਕਿ ਜਿਹੜੀ ਇਹ ਬੋਕਰ ਪਾਰਟੀ ਆ, ਇਹ ਹੁਣ ਇਹਨਾਂ ਵਾਸਤੇ ਕੋਈ ਕਦਰ ਕੀਮਤ ਰਹਿ ਗਈ ਆ, ਕੋਈ ਮਿਆਰ ਜ਼ਿੰਦਗੀ ਦੇ ਵਿੱਚ? ਮਤਲਬ ਕੱਲ੍ਹ ਨੂੰ ਬਲਾਤਕਾਰ ਕਰੇਗਾ ਕੋਈ ਕਿਸੇ ਔਰਤ ਦਾ, ਇਹ ਉਹਨੂੰ ਵੀ ਬਚਾਉਣਗੇ? ਕੋਈ ਡਾਕਾ ਮਾਰੇਗਾ, ਕੋਈ ਉਹਦੀ ਵੀਡੀਓ ਪੇਸ਼ ਕਰੇਗਾ, ਕੋਈ ਘਿਨਾਉਣੇ ਤੋਂ ਘਿਨਾਉਣਾ ਜੁਰਮ ਕਰੇਗਾ? ਇਹਦਾ ਮਤਲਬ ਇਹਨਾਂ ਦਾ ਕੋਈ ਮਿਆਰ ਨਹੀਂ ਰਹਿ ਚੁੱਕਾ, ਸਭ ਮਿਆਰ ਇਹਨਾਂ ਨੇ ਛਿੱਕੇ 'ਤੇ ਟਿੰਗ ਟੰਗ 'ਤੇ ਗਿਰ ਚੁੱਕੇ ਨੇ ਬਿਲਕੁਲ। ਉਹ ਇੱਕ ਉਹ ਜਿਹੜੀ ਕੋਟ ਹੈ ਪੁਰਾਣਾ, ਚੋਰ ਉਚੱਕੇ ਚੌਧਰੀ, ਅਤੇ ਅਗਲੀ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ, ਸਾਡੀਆਂ ਭੈਣਾਂ ਬੈਠੀਆਂ ਨੇ, ਇਹੀ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ, ਤੁਸੀਂ ਦੇਖੋਗੇ। ਮਤਲਬ ਕੋਈ ਮੋਰੈਲਿਟੀ ਪੋਲੀਟਿਕਸ ਵਿੱਚ, ਕੋਈ ਐਥਿਕਸ, ਜਿਹੜੀਆਂ ਗੱਲਾਂ ਵੱਡੀਆਂ ਵੱਡੀਆਂ ਕੇਜਰੀਵਾਲ ਸਾਹਿਬ ਹਮ ਤੋਂ ਅੰਦੋਲਨ ਸੇ ਨਿਕਲੇ ਹੈਂ, ਹਮ ਤੋਂ ਦੇਸ਼ ਕੀ ਰਾਜਨੀਤੀ ਕੋ ਪਰਿਵਰਤਨ ਲੈ ਕਰ ਆਏਗੇ, ਇਹ ਜੋ ਗਿਰਤਾ ਹੁਆ ਮਿਆਰ ਹੈ ਇਸਕੋ ਸੁਧਾਰੇਂਗੇ, ਸਭ ਉੱਡ ਅੱਡ ਗਿਆ ਵਾ। ਅਸਲ ਵਿੱਚ ਇਹ ਆਪਣੇ ਵੱਲੋਂ ਇਹਨਾਂ ਨੇ ਇਸ ਕਹਾਣੀ ਦਾ ਅੰਤ ਕੀਤਾ ਵਾ, ਪਰੰਤੂ ਮੈਂ ਕਹਿਣਾ ਚਾਹੁੰਦਾ ਕਿ ਹੁਣ ਕਟਾਰੂ ਚੱਕ ਦੀ ਲੜਾਈ ਜਨਤਾ ਦੀ ਕਚਹਿਰੀ ਵਿੱਚ ਹੁਣ ਸ਼ੁਰੂ ਹੋਈ ਹੈ, ਅੱਜ ਤੋਂ ਬਾਅਦ। ਕਿਉਂਕਿ ਜਦੋਂ ਤੁਸੀਂ ਕੋਈ ਇਸਟੈਬਲਿਸ਼ਮੈਂਟ ਨਾਲ ਲੜਨਾ, ਸਰਕਾਰਾਂ ਨਾਲ ਲੜਨਾ, ਉਹਨਾਂ ਕੋਲ ਬਹੁਤ ਵੱਡੇ ਮੈਕੇਨਿਜ਼ਮ ਨੇ, ਪੁਲਿਸ ਆ, ਵਿਜੀਲੈਂਸ ਹੈ, ਉਹਨਾਂ ਕੋਲ ਹੋਰ ਤੰਤਰ ਆ, ਕਾਨੂੰਨ ਦਾ ਸਹਾਰਾ। ਜਿਹੜਾ ਬਾਬਾ ਸਾਹਿਬ ਅੰਬੇਦਕਰ, ਜਿਹੜੀ ਫੋਟੋ ਟੰਗੀ ਭਗਵੰਤ ਨੇ ਪਿੱਛੇ, ਮੇਰੇ ਖਿਆਲ ਉਹ ਵੀ ਵਿਚਾਰੇ ਰੋਂਦੇ ਹੋਣੇ ਟੰਗੀ ਫੋਟੋ 'ਚੋਂ ਪਿੱਛੇ ਥੱਲੇ ਦੇਖ ਕੇ, ਕਿਆ ਕੀ ਕਰ ਰਿਹਾ ਬੰਦਾ, ਫੋਟੋ ਮੇਰੀ ਟੰਗੀ ਹੋਈ ਹੈ। ਅਤੇ ਸ਼ਹੀਦ ਭਗਤ ਸਿੰਘ ਜੀ ਵੀ ਉਹਨਾਂ ਦੇ ਅੱਖਾਂ 'ਚ, ਜੇ ਉਹ ਜੀਂਦੇ ਹੁੰਦੇ ਤਾਂ ਉਹ ਰੋਂਦੇ ਹੋਣਾ ਸੀਗਾ, ਆਹ ਕੀ ਕਰ ਰਿਹਾ ਬੰਦਾ, ਪੱਗ ਮੇਰੀ ਬੰਨੀ ਹੋਈ ਆ ਅਤੇ ਕਰਤੂਤ ਇਹਨਾਂ ਦੀ ਕਟਾਰੂ ਚੱਕ ਵਾਲੀ ਆ। ਹੁਣ ਮੈਂ ਥੋੜ੍ਹੇ ਟੈਕਨੀਕੈਲਿਟੀਜ਼, ਐੱਸ ਆਈ ਟੀ ਨੇ ਕੀ ਕਿਹਾ ਜਿਹੜੀ ਗੱਲ ਅਖਬਾਰ 'ਚ ਆਈ ਅੱਜ, ਇੱਕ ਕਹਿੰਦੇ ਨੇ ਜੀ ਕਿ ਕਿਉਂ ਇਹ ਇੱਕ ਇਹ ਅਸੀਂ ਇਨਵੈਸਟੀਗੇਸ਼ਨ ਬੰਦ ਕਰ ਰਹੇ, ਕਲੀਨ ਚਿੱਟ ਦੇ ਰਹੇ, ਕਿ ਕੇਸ਼ਵ ਨੇ ਆਪਣੀ ਕੰਪਲੇਂਟ ਵਾਪਸ ਲੈ ਲਈ। ਮਤਲਬ ਆਈ ਪੀ ਐੱਸ ਔਫਿਸਰਸ, ਜ਼ਿੰਮੇਵਾਰ ਬੰਦੇ, ਇੰਨੀ ਗੱਲ ਭੁੱਲ ਗਏ ਕਿ ਵੈਨਐਵਰ ਦੇਰ ਇਜ਼ ਏ ਕ੍ਰਾਈਮ ਕਮਿਟਿਡ ਅਕੋਰਡਿੰਗ ਟੂ ਦੀ ਆਈ ਪੀ ਸੀ ਆਫ ਇੰਡੀਆ, ਅਕੋਰਡਿੰਗ ਟੂ ਦ ਕੋਨਸਟੀਟਿਊਸ਼ਨ ਬਾਏ ਬਾਬਾ ਸਾਹਿਬ ਅੰਬੇਦਕਰ, ਦ ਕ੍ਰਾਈਮ ਇਜ਼ ਆਲਵੇਜ਼ ਅਗੇਂਸਟ ਦ ਸਟੇਟ। ਅਦਾਲਤ ਵਿੱਚ ਆਵਾਜ਼ ਪੈਂਦੀ ਆ, ਕਟਾਰੂ ਚੱਕ ਬਨਾਮ ਸਟੇਟ,
ਇਹਦਾ ਨਹੀਂ ਪੈਂਦੀ ਕਿ ਕਟਾਰੂ ਚੱਕ ਬਨਾਮ ਕੇਸ਼ਵ, ਉਹ ਸਿਰਫ ਸਿਵਲ ਦਾਅਵਿਆਂ ਦੇ ਵਿੱਚ ਪੈਂਦੀ ਜਦੋਂ ਦੋ ਪਾਰਟੀਆਂ ਆਪਸ ਵਿੱਚ ਝਗੜਾ ਕਰ। ਮਤਲਬ ਪੁਲਿਸ ਆਫਿਸਰਸ ਹੈ ਆਪਣੇ ਹੀ ਆਈ ਪੀ ਸੀ ਨੂੰ, ਆਪਣੇ ਹੀ ਕਾਨੂੰਨ ਨੂੰ ਛਿੱਕੇ 'ਤੇ ਟੰਗ ਕੇ ਕਹਿੰਦੇ ਜੀ ਕਿਉਂਕਿ ਉਹਨੇ ਕੰਪਲੇਂਟ ਵਾਪਸ ਲੈ ਲਈ ਇਸ ਕਰਕੇ ਅਸੀਂ ਉਹਨੂੰ ਕਰਤਾ। ਕੀ ਕੇਸ਼ਵ ਦੇ ਕੰਪਲੇਂਟ ਵਾਪਸ ਲੈਣ ਨਾਲ ਗੁਨਾਹ ਖਤਮ ਹੋ ਗਿਆ ਵਾ? ਜੋ ਉਹਨੇ ਅਸ਼ਲੀਲਤਾ ਕੀਤੀ, ਜੋ ਬਦ ਫੈਲੀਆਂ ਕੀਤੀਆਂ, ਜਿਹੜੀਆਂ ਵੀਡੀਓ ਕਲਿਪਸ ਦੇ ਉੱਤੇ ਜ਼ਾਹਰ ਹੋਈਆਂ, ਕੀ ਉਹ ਗੁਨਾਹ ਖਤਮ ਹੋ ਗਿਆ ਵਾ? ਔਰ ਇਹ ਵੀਡੀਓ ਕਲਿਪਸ, ਉਹ ਵੀਡੀਓ ਕਲਿਪਸ ਨੇ ਜਿਹੜੇ ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਾ ਕੇ, ਔਥੈਂਟੀਕੇਟ ਕਰਾ ਕੇ ਪੰਜਾਬ ਸਰਕਾਰ ਨੂੰ 3 ਚਿੱਠੀਆਂ ਲਿਖੀਆਂ ਨੇ ਕਿ ਇਹਦੇ ਨਾਲ ਗੁਨਾਹ ਖਤਮ ਹੋ ਜਾਂਦਾ ਵਾ। ਫਿਰ ਉਹਨਾਂ ਨੇ ਇੱਕ ਤਰਕ ਦਿੱਤੀ ਜੀ ਕਿ ਇਹ ਮੁੰਡਾ ਜਿਹੜਾ ਹੈਗਾ ਵਾ ਇਹ ਕਹਿੰਦਾ ਜੀ ਕਿ ਮੇਰਾ ਫੋਨ ਗੁੰਮ ਹੋ ਗਿਆ ਸੀਗਾ, ਉਹ ਫੋਨ ਦੇ ਨਾਲ ਛੇੜਛਾੜ ਹੋ ਸਕਦੀ ਹੈ। ਮੰਨ ਲਿਆ ਇੱਕ ਮਿੰਟ ਵਾਸਤੇ ਕਿ ਫੋਨ ਉਹਦੇ ਕੋਲ ਹੈ ਨਹੀਂ ਸੀਗਾ। ਜਿਹੜੀਆਂ ਵੀਡੀਓਜ਼ ਆਈਆਂ, ਮੈਂ ਵੀਡੀਓਜ਼ ਗਵਰਨਰ ਨੂੰ ਹੈਂਡਓਵਰ ਕੀਤੀਆਂ। ਗਵਰਨਰ ਨੇ ਉਹਨਾਂ ਨੂੰ ਫੋਰੈਂਸਿਕ ਲੈਬ ਚੰਡੀਗੜ੍ਹ ਸਰਕਾਰੀ ਮਨਜ਼ੂਰਸ਼ੁਦਾ ਇੱਕ ਟੈਕਨੀਕਲ ਲੈਬੋਰੇਟਰੀ ਤੋਂ ਮਨਜ਼ੂਰ ਤਸਦੀਕ ਕਰਾਉਣ ਤੋਂ ਬਾਅਦ ਉਹਨਾਂ ਨੇ 3 ਚਿੱਠੀਆਂ ਲਿਖੀਆਂ ਭਗਵੰਤ ਮਾਨ ਨੂੰ। ਇਹ ਵੀ ਐੱਸ ਆਈ ਟੀ ਭੁੱਲ ਗਈ ਕਿ ਅਸੀਂ ਵੀ ਆਰ ਟਰਾਇੰਗ ਟੂ ਓਵਰਰਾਈਡ ਦੀ ਅਥੋਰਿਟੀ ਆਫ ਦੀ ਗਵਰਨਰ ਆਫ ਪੰਜਾਬ, ਔਰ ਈਵਨ ਓਵਰਰਾਈਡ ਦੀ ਅਥੋਰਿਟੀ ਆਫ ਦੀ ਫੋਰੈਂਸਿਕ ਲੈਬੋਰੇਟਰੀ ਇਸਟੈਬਲਿਸ਼ਡ। ਇਹ ਵੀ ਭੁੱਲ ਗਏ। ਫਿਰ ਕਹਿੰਦੇ ਜੀ ਕਿ ਐੱਸ ਸੀ ਕਮਿਸ਼ਨ ਨੂੰ ਅਸੀਂ ਇਸ ਕਰਕੇ ਜਵਾਬ ਲਿਖ ਕੇ ਭੇਜਦੇ ਹਾਂ ਕਿਉਂਕਿ ਜਿਹੜਾ ਮਿਨਿਸਟਰ ਹੈਗਾ ਜਿਹੜਾ ਬਦਫੈਲੀ ਕਰਦਾ ਉਹ ਵੀ ਸ਼ਡਿਊਲ ਕਾਸਟ ਆ, ਇਸ ਕਰਕੇ ਗੁਨਾਹ ਨਹੀਂ ਬਣਦਾ। ਇਹਦਾ ਮਤਲਬ ਆ ਪੰਜਾਬ ਪੁਲਿਸ ਨੇ ਇੱਕ ਨਵਾਂ ਸਰਟੀਫਿਕੇਟ ਜਾਰੀ ਕੀਤਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਿ ਇੱਕ ਤਾਕਤਵਰ ਸ਼ਡਿਊਲ ਕਾਸਟ ਜਿਹੜੇ ਮਰਜ਼ੀ ਗਰੀਬ ਸ਼ਡਿਊਲ ਕਾਸਟ ਨੂੰ ਫੜ ਕੇ ਉਹਦਾ ਬਲਾਤਕਾਰ ਕਰ ਲਏ, ਉਹਦੇ ਨਾਲ ਬਦਫੈਲੀ ਕਰ ਲਏ, ਉਹਦੇ ਨਾਲ ਧੱਕਾ ਕਰ ਲਏ, ਉਹਦੀਆਂ ਲੱਤਾਂ ਤੋੜ ਦੇਵੇ, ਉਹਦੀਆਂ ਬਾਹਾਂ ਤੋੜ ਦੇਵੇ, ਉਹ ਕੋਈ ਓਫੈਂਸ ਨਹੀਂ ਕਿਉਂਕਿ ਦੋਨੋਂ ਹੀ ਐੱਸ ਸੀ ਨੇ। ਲੁੱਕ ਐਟ ਦਾ ਲੋਜਿਕ, ਲੁੱਕ ਐਟ ਦਾ ਲੋਜਿਕ। ਇਸ ਤਰ੍ਹਾਂ ਦੀਆਂ ਤਰਕਾਂ ਦੇ ਕੇ ਸਾਰੇ ਮਾਮਲੇ 'ਤੇ ਉਹਨਾਂ ਨੇ ਪਰਦਾ ਪਾਇਆ ਵਾ, ਪਰ ਇਹ ਪਰਦਾ ਫਰੋਡ ਦਾ ਵਾ, ਇਹ ਬਹੁਤੀ ਦੇਰ ਰਹਿਣਾ ਨਹੀਂ ਗਾ। ਔਰ ਮੇਰਾ ਮੰਨਣਾ ਵਾ ਕਿ ਚਲੋ ਅੱਜ ਇਹਨਾਂ ਦੀ ਸਰਕਾਰ ਹੈ, ਇਹ ਵੀਡੀਓਜ਼ ਤਾਂ ਪਬਲਿਕ ਡੋਮੇਨ ਵਿੱਚ ਅਗਲੇ 5 ਸਾਲ ਵੀ ਰਹਿਣੀਆਂ ਵਾ, ਉਸ ਤੋਂ ਬਾਅਦ ਵੀ ਰਹਿਣੀਆਂ ਵਾ। ਕਟਾਰੂ ਚੱਕ ਨੂੰ ਇੱਕ ਦਿਨ ਆਪਣੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ, ਇਹ ਮੈਂ ਨਹੀਂ ਕਹਿੰਦਾ, ਇਹ ਇਸ ਦੇਸ਼ ਦਾ ਬਣਾਇਆ ਹੋਇਆ ਸੰਵਿਧਾਨ, ਇਸ ਦੇਸ਼ ਦਾ ਬਣਾਇਆ ਹੋਇਆ ਕਾਨੂੰਨ ਅਤੇ ਬਾਬਾ ਸਾਹਿਬ ਅੰਬੇਦਕਰ ਬਣਾਇਆ ਹੋਇਆ ਸੰਵਿਧਾਨ ਕਹਿ ਰਿਹਾ। ਇਸ ਕਰਕੇ ਔਰ ਮੈਂ ਆਈ ਵਿਲ ਨੋਟ ਬੀ ਸਟੰਡ, ਤੁਸੀਂ ਵੀ ਸਾਰੇ ਆਉਣ ਵਾਲੇ ਦਿਨਾਂ 'ਚ ਦੇਖਣਾ ਕਿ ਇਹਨਾਂ ਦੇ ਹੁਣ ਯਤਨ, ਜੋ ਮੈਨੂੰ ਇਨਫੋਰਮੇਸ਼ਨ ਦਿੱਤੀ, ਕਿਉਂਕਿ ਇਹ ਮੁੰਡਾ ਇਹਨਾਂ ਨੇ ਪਿਛਲੇ 15 ਦਿਨ ਤੋਂ ਆਪਣੇ ਕਬਜ਼ੇ 'ਚ ਕੀਤਾ ਹੋਇਆ, ਕਿਉਂਕਿ ਹੁਣ ਸੈਸ਼ਨ ਆ ਰਿਹਾ ਪੰਜਾਬ ਦੀ ਵਿਧਾਨ ਸਭਾ ਦਾ। ਉਸ ਸੈਸ਼ਨ ਦੇ ਵਿੱਚ ਇਹ ਕਟਾਰੂ ਚੱਕ ਦੇ ਮਸਲੇ ਨੂੰ ਫੇਸ ਨਹੀਂ ਸੀ ਕਰ ਸਕਦੇ, ਇਸ ਕਰਕੇ ਉਹਦੀ ਟਾਈਮਿੰਗ ਜਿਹੜੀ ਆ ਪੰਜਾਬ ਦੇ ਵਿਧਾਨ ਸਭਾ ਦੇ ਸੈਸ਼ਨ 'ਚ ਇਹ ਆਪਣਾ ਜਿਹੜਾ ਗੁਨਾਹ ਜਿਹੜਾ ਲੁਕੋ ਸਕਣ, ਇੱਕ ਫਰਜ਼ੀ ਫੈਸਲਾ ਐੱਸ ਆਈ ਟੀ ਤੋਂ ਲੈ ਕੇ ਇਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਜਾ ਰਹੇ ਨੇ। ਔਰ ਇਹਦੇ ਨਾਲ ਨਾਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੱਡੀ ਗੱਲ ਨਹੀਂ ਕਿ ਉਲਟਾ ਵਿਸਲ ਬਲੋਅਰਸ ਦੇ ਉੱਤੇ ਮੁਕੱਦਮਾ ਦਰਜ ਕਰ ਦੇਣ, ਬਿਕੋਜ਼ ਮੈਨੂੰ ਜਾਣਕਾਰੀ ਮਿਲੀ ਕਿ ਉਹ 'ਤੇ ਪ੍ਰੈਸ਼ਰ ਇਹ ਵੀ ਪਾਇਆ ਜਾ ਰਿਹਾ ਉਹਦੇ ਪਰਿਵਾਰ ਦੇ ਕਿ ਤੂੰ ਕਹਿ ਕੇ ਸਭ ਕੁਛ ਇਹ ਕਰਾਇਆ ਸਾਡੇ ਤੋਂ ਸੁਖਪਾਲ ਸਿੰਘ ਖਹਿਰਾ ਨੇ ਕਰਾ ਸਕਦੇ, ਇੱਦਾਂ ਦੀ ਮੂਰਖਤਾ ਹੀ, ਕੋਈ ਵੱਡੀ ਗੱਲ ਨਹੀਂ। ਬਟ ਤੁਹਾਡੀ ਡੋਮੇਨ 'ਚ ਮੈਂ ਰੱਖਣਾ ਚਾਹੁੰਦਾ ਕਿ ਇਹ ਕਹਾਣੀ ਕੀ ਸੀਗੀ, ਮੇਰੇ ਕੋਲ ਵੀਡੀਓਜ਼ ਪਹੁੰਚਦੀਆਂ ਨੇ, ਮੈਂ ਉਹ ਵੀਡੀਓਜ਼ ਨੂੰ 1 ਮਈ ਨੂੰ ਪੰਜਾਬ ਦੇ
ਗਵਰਨਰ ਨੂੰ ਦਿੰਦਾ ਵਾਂ। 2 ਤਰੀਕ ਨੂੰ ਪਹਿਲਾਂ ਮੇਰੇ 'ਤੇ ਪਰਚਾ ਦਰਜ ਹੁੰਦਾ ਸਵੇਰੇ ਐਸਡੀਐਮ ਕੋਲੋਂ ਇੱਕ ਬੋਗਸ ਸ਼ਿਕਾਇਤ ਲੈ ਕੇ। ਕਿਸੇ ਸਰਕਾਰੀ ਮੁਲਾਜ਼ਮ ਤੋਂ ਕੋਈ ਸ਼ਿਕਾਇਤ ਲੈਣੀ ਕਿਸੇ ਦੇ ਖਿਲਾਫ਼ ਕੋਈ ਔਖੀ ਹੈ ਸਰਕਾਰ ਵਾਸਤੇ? ਉਹਨਾਂ ਦਾ ਵਿਚਾਰਿਆਂ ਨੇ ਤਨਖਾਹ ਲੈਣੀ, ਨਹੀਂ ਤਾਂ ਉਹਦੀ ਤਨਖਾਹ ਬੰਦ ਕਰ ਦੇਣਗੇ, ਉਹਦੀ ਬਦਲੀ ਕਰ ਦੇਣਗੇ, ਉਹਨੂੰ ਸਸਪੈਂਡ ਕਰ ਦੇਣਗੇ, ਉਹਦੀ ਕੀ ਮਜਾਲ ਹੈ? ਮੇਰੇ 'ਤੇ ਮੁਕੱਦਮਾ ਦਰਜ ਕਰਤਾ। ਜਦੋਂ ਮੈਂ ਹੋਰ ਲੜਾਈ ਅੱਗੇ ਵਧਾਈ ਅਤੇ ਜਦੋਂ ਉਸ ਮੁਕੱਦਮੇ 'ਚ ਮੈਨੂੰ ਐਂਟੀਸਪੇਟਰੀ ਬੇਲ ਮਿਲ ਗਈ ਫਰੋਮ ਦਾ ਸੈਸ਼ਨ ਕੋਰਟ ਕਪੂਰਥਲਾ, 12 ਤਰੀਕ ਨੂੰ ਜਦੋਂ ਮੈਂ ਇਨਵੈਸਟੀਗੇਸ਼ਨ ਜੁਆਇਨ ਕਰਨੀ ਕਪੂਰਥਲਾ ਨੂੰ, 11 ਤਰੀਕ ਨੂੰ ਰਾਤ ਨੂੰ 1:40 'ਤੇ, ਦੇਖਣ ਵਾਲੀ ਗੱਲ ਹੈ, 1:40 'ਤੇ ਰਾਤ ਨੂੰ ਮੇਰੇ 'ਤੇ ਇੱਕ FIR ਹੋਰ ਦਰਜ ਕਰਤੀ 11 ਤਰੀਕ ਦੀ ਰਾਤ ਨੂੰ, ਤਾਂ ਕਿ ਅਗਲੇ ਦਿਨ ਮੈਨੂੰ ਕਿਸੇ ਤਰੀਕੇ ਨਾਲ ਅਰੈਸਟ ਕੀਤਾ ਜਾਵੇ, ਮੈਨੂੰ ਇੰਟੀਮੀਡੇਟ ਕੀਤਾ ਜਾਵੇ। ਔਰ ਕਿੱਦਾਂ ਦੀ FIR? 51 ਸਾਲ ਪੁਰਾਣਾ ਰਿਕਾਰਡ ਕੱਢਿਆ ਸਾਡੇ ਪਰਿਵਾਰ ਦਾ, ਮੇਰੇ ਸਾਡੀ ਫੈਮਿਲੀ ਦਾ। ਵੈਨ ਆਈ ਵਾਜ਼ ਅਬਾਊਟ 5-6 ਈਅਰਸ ਓਲਡ ਬੇਅਰਲੀ, ਜਦੋਂ ਮੇਰੀ ਉਮਰ 5-6 ਸਾਲ ਦੀ ਹੋਊਗੀ, ਮੇਰੇ ਖਿਲਾਫ਼ 51 ਸਾਲ ਰਿਕਾਰਡ ਕੱਢ ਕੇ ਅਤੇ FIR ਦਰਜ ਕਰ ਦਿੱਤੀ। ਮੇਰੀ ਵਾਈਫ ਦਾ ਵੀ ਨਾਮ ਇੰਪਲੀਕੇਟ ਕਰਤਾ, ਮੇਰੇ ਪਿਤਾ ਜੀ ਦਾ ਵੀ ਨਾਮ ਇੰਪਲੀਕੇਟ ਕਰਤਾ। ਉਸ ਕੇਸ ਵਿੱਚ ਵੀ ਮੈਨੂੰ ਸੈਸ਼ਨ ਕੋਰਟ ਕਪੂਰਥਲਾ ਨੇ ਐਂਟੀਸਪੇਟਰੀ ਬੇਲ ਦੇ ਦਿੱਤੀ। ਹੁਣ ਇਹਨਾਂ ਦਾ ਪੇਸ਼ ਨਹੀਂ ਜਾ ਰਹੀ, ਹੁਣ ਇੱਦਾਂ ਦਾ ਥਰਡ ਕੋਈ ਝੂਠਾ ਮੁਕੱਦਮਾ ਕਰ ਸਕਦੇ ਨੇ, ਫੋਰ ਵਿੱਚ ਆਈ ਐਮ ਮੈਂਟਲੀ ਪ੍ਰਿਪੇਅਰਡ, ਆਈ ਵਿਲ ਫਾਈਟ ਇਟ ਆਊਟ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਝੂਠ ਅਲਟੀਮੇਟਲੀ ਝੂਠ ਰਹੇਗਾ। ਆਹ ਕਟਾਰੂ ਚੱਕ ਦਾ ਸਾਰਾ ਮਸਲਾ, ਜਿਹੜੀ ਬੋਕਰ ਪਾਰਟੀ ਕਿੱਥੋਂ ਸ਼ੁਰੂ ਹੋਈ, ਕਿੱਥੇ ਖਤਮ ਹੋਈ ਹੈ। ਔਰ ਉਹ ਕਹਿੰਦੇ ਹੁੰਦੇ ਨੇ ਪੰਜਾਬੀ 'ਚ ਇੱਕ ਕਥਨ ਹੈਗਾ ਵਾ, ਪਾਪੀ ਕੋ ਮਾਰਨੇ ਕੋ ਪਾਪ ਮਹਾਂਬਲੀ। ਇਹ ਆਪਣਾ ਪਾਪ ਦਾ ਘੜਾ ਐਡਾ ਭਰ ਰਹੇ ਨੇ ਜ਼ਬਰਦਸਤ ਕਿ ਉਹ ਇਸ ਇਹ ਜਿੱਦਣ ਘੜਾ ਭਰ ਗਿਆ, ਪਾਪੀ ਆਪੇ ਉੱਡ ਜਾਣਾ। ਇਹ ਕੋਈ ਪਹਿਲੇ ਹਾਕਮ ਨਹੀਂ ਆਏ ਕਿ ਜਿਨ੍ਹਾਂ ਨੇ ਪੁਲਿਸ ਦਾ ਸਹਾਰਾ ਲਿਆ, ਜਿਨ੍ਹਾਂ ਨੇ ਲੋਕਾਂ ਨੂੰ ਡਰਾਇਆ, ਜਿਨ੍ਹਾਂ ਨੇ ਧਮਕਾਇਆ। ਆਪਣੇ ਤੋਂ ਮਗਰਲੇ ਹਾਕਮਾਂ ਦਾ ਹਸ਼ਰ ਦੇਖ ਲੈਣ ਕੀ ਹੋ ਰਿਹਾ ਵਾ। ਕੋਈ ਅਦਾਲਤਾਂ 'ਚ ਫਿਰ ਰਿਹਾ ਵਾ, ਕੋਈ ਵਿਚਾਰਾ ਮਯੂਸ ਹੋਇਆ ਘਰ ਬੈਠਾ ਵਾ, ਕਿਸੇ ਦੀ ਜ਼ਮਾਨਤ ਜ਼ਬਤ ਹੋ ਗਈ ਆ। ਬਟ ਭਗਵੰਤ ਸਿੰਘ ਮਾਨ ਆਈ ਬਿਲੀਵ ਡਜ਼ਨਟ ਵਾਂਟ ਟੂ ਲਰਨ ਅ ਲੈਸਨ।